ਸ਼੍ਰੀਕਾਲ ਜੀ, ਸਵਾਗਤ ਕਰਦੇ ਹਾਂ ਤੁਹਾਡਾ ਪੰਗੂ ਬਲੌਗ ਦੇ ਵਿੱਚ। ਟਾਈਮ ਹੋ ਗਿਆ 1 ਵਜ ਗਏ ਅਤੇ ਰਾਤ ਆਪਾਂ ਸਮਝੋ 2:30 ਵਜੇ ਆ ਗਏ ਸੀਗੇ। ਠੀਕ ਆ, ਆ ਕੇ ਸੌਂ ਗਏ, ਸਵੇਰੇ ਉੱਠੇ 8 ਵਜੇ, 8 ਵਜੇ ਉੱਠ ਕੇ ਚਾਹ ਚੂਹ ਪੀ ਕੇ ਫਿਰ ਸੌਂ ਗਏ। ਉਸ ਤੋਂ ਬਾਅਦ ਫਿਰ ਕਿੰਨੇ ਵਜੇ ਉੱਠੇ? 12 ਹੁਣ ਉੱਠੇ ਆਪਾਂ 1 ਵਜੇ। 1 ਵਜੇ ਉੱਠੇ, ਰੋਟੀਆਂ ਖਾ ਲਈਆਂ, ਰੋਟੀਆਂ ਖਾ ਕੇ ਉਹ ਲੇਟ ਗਿਆ ਉੱਧਰ। ਹੈਲੋ, ਰੁਟੀਨ ਦੱਸ ਰਿਹਾ ਵਾ ਆਪਣੀ ਵੀ ਲੇਟ ਗਏ, ਸੌਂ ਗਏ, ਹੋਰ ਕੋਈ ਕੰਮ ਨਹੀਂ ਕਰਿਆ, ਬਸ ਨਹਾਏ ਵੀ ਨਹੀਂ। ਇੰਨੇ ਨਿਰਗੀ ਹੋ ਗਏ ਨਾ ਸਾਰੇ, ਇੱਕ ਨਹੀਂ ਫਿਰਦੇ ਆ। ਹੁਣ ਨਹਾਵਾਂਗੇ, ਥੋੜ੍ਹਾ ਜਿਹਾ ਗਰਮੀ ਹੋਰ ਹੋ ਲਵੇ, ਹਾਲੇ ਠੰਡ ਲੱਗਦੀ ਪਈ ਹੈ। ਗੱਡੀ ਹੋਣੀ ਆਪਣੀ ਸਵੇਰੇ ਖਾਲੀ ਅਤੇ ਆਪਾਂ ਚੱਲਦੇ ਹਾਂ ਅੰਮ੍ਰਿਤਸਰ ਮੱਥਾ ਟੇਕਣ। ਮੱਥਾ ਟੇਕ ਜਾਈਏ, ਟ੍ਰੇਨ 'ਚ ਜਾਵਾਂਗੇ, ਦੇਖਦੇ ਹਾਂ ਟ੍ਰੇਨ 'ਚ ਜਾਵਾਂਗੇ ਕਿ ਬੱਸ 'ਚ, ਦੱਸਦੇ ਹਾਂ ਸਾਨੂੰ। ਹਾਲੇ ਤਾਂ ਪਹਿਲਾਂ ਮੰਡੀ ਤੋਂ ਬਾਹਰ ਨਿਕਲ ਲਈਏ, ਫੀਲਾ ਨਾਲ ਆ ਨਾਲ ਸੋਨੂੰ। ਫੀਲਾ ਐਂ ਤਾਂ ਪੂਰਾ ਡਰਾਈਵਰ ਬਣਿਆ ਵਾ, ਮੋਟੇ ਪਰ ਰੱਖਿਆ ਪਰਨਾ। ਹੈਲੋ ਬਦਾਮ ਵਾਲੀ ਸਰਕਾਰ, ਬਦਾਮ ਦੇ ਬੋਰ ਤਾਂ ਸਵਾਇਆ ਹੈ। ਹੈਂ ਨਹੀਂ ਯਾਰ, ਸਟੇਸ਼ਨ ਵਾਲੀ ਗਲੀ 'ਚ ਤਾਂ ਥਿੱਲੇ ਭੀੜ ਬੜੀ ਹੁੰਦੀ ਆ, ਇਹ ਲੈ ਕੇ 30-30 ਰੁਪਏ ਹੋਰ ਕਿਤੇ ਤਾਰ ਗਿਆ, ਕਿਸੇ ਦੇ ਘਰੇ ਜਾ ਕੇ ਖੜ ਜਾਈਏ। ਹਾਂ, ਜਾ ਕੇ ਕਹੀਏ ਲੈ ਵੀ ਟਿਕਟ ਦੇ ਦਿਓ ਅੰਮ੍ਰਿਤਸਰ ਦੀ, ਅਗਲੇ ਨੇ ਉਹਦੇ 'ਤੇ ਫੜਨਾ, ਆ ਜਾ ਸਾਨੂੰ ਪਹੁੰਚਾਉਂਦੇ ਹਾਂ ਅੰਮ੍ਰਿਤਸਰ 'ਚ। ਔਰ ਪੁੱਛ ਲੈਂਦੇ ਹਾਂ ਕਿਸੇ ਨੂੰ। ਸੂਰਾ ਨਸੀ, ਸੂਰਾ ਨੁਸੀ, ਸਟੇਸ਼ਨ ਤਾਂ ਆ ਗਿਆ ਸਾਹਮਣੇ, ਪਰ ਸਾਹਮਣੇ ਆਏਗੀ ਸਿੱਲੇ ਖੜੀਆਂ ਟ੍ਰੇਨਾਂ ਯਾਰ, ਜਿਹੜੀ ਮਰਜ਼ੀ ਲੈ ਜਾਓ ਕਹਿੰਦੇ। ਆਹ ਦੇਖ, ਉਹ ਖੜੀ ਆ ਗੱਬੇ ਨੂੰ ਦੇਖ। ਨਹੀਂ ਮੈਂ ਟਾਵਰ 'ਚ ਉੱਪਰ ਚੜ੍ਹ ਕੇ ਕਹਿੰਦਾ ਛਾਲ ਮਾਰ ਦੇਣੀ, ਨਹੀਂ ਉਰੀ ਰੋਕ ਲਓ ਟ੍ਰੇਨ। ਟ੍ਰੇਨ ਤਾਂ ਆਈ ਨਹੀਂ, ਪੈਦਲ ਤੁਰ ਤੁਰ ਕੇ ਜਾਵਾਂਗੇ, ਰੇਲੀ ਲਾਈਨ ਲਾਈਨ ਹੋ ਜਾਣਾ ਸੀ। ਫੁੱਦੂ ਲਾ ਗਿਆ ਵੀਰ ਜੀ ਬੰਦਾ, 90 ਰੁਪਏ ਜਾ ਟ੍ਰੇਨ 'ਤੇ ਛੱਡ ਗਿਆ। ਮੈਂ ਜਾ ਕੇ TT ਨੂੰ ਪੁੱਛਿਆ, ਮੈਂ ਕਿਹਾ ਜੀ ਟ੍ਰੇਨ ਅੰਮ੍ਰਿਤਸਰ ਦੀ? ਕਹਿੰਦਾ ਵੀਰੇ ਸਵੇਰੇ 9:30 ਵਜੇ। ਮੈਂ ਕਿਹਾ ਇੰਨੀ ਦੇਰ ਇੱਥੇ ਬੈਠੇ ਰਹਾਂਗੇ ਅਸੀਂ? 9:30 ਵਜੇ ਤਾਂ ਉੱਧਰ ਤੋਂ ਵਾਪਸ ਆ ਜਾਣਾ ਅਸੀਂ। ਹੁਣ ਉਹ ਸਾਹਮਣੇ ਰੋਡ ਆ TT ਰੋਡ, ਲੈਟ ਜਾਣਾ ਜਾ ਕੇ ਵੀ ਜਿਹੜਾ ਅੰਮ੍ਰਿਤਸਰ ਜਾ ਰਹੇ ਹਾਂ ਸਾਨੂੰ ਲੈ ਕੇ ਜਾਓ। ਓਹ ਸਿੱਲੇ, ਜੇ ਬੱਸ ਆਈ ਨਾ ਅੱਗੇ ਲਿਟ ਜੀ ਕਹਿੰਦੇ ਮੈਨੂੰ ਲੈ ਕੇ ਜਾਓ, ਮੈਨੂੰ ਨਹੀਂ ਪਤਾ ਹੈ, ਧੱਕਾ ਦੇ ਦੂੰਗਾ, ਨਹੀਂ ਮੈਂ ਤੈਨੂੰ ਗਿਰਦੇ ਪੈਂਦੇ ਪਹੁੰਚ ਤਾਂ ਗਏ। ਹੁਣ ਬੱਸ ਦੇਖਦੇ ਹਾਂ ਕਦ ਆਉਂਦੀ ਆ, ਹੁਣ ਤਾਂ ਕਾਰਾਂ ਆ ਰਹੀਆਂ ਸਾਰੀਆਂ, ਬੱਸ ਨਹੀਂ ਆ ਰਹੀ ਕੋਈ ਵੀ। ਘੁੰਮ ਰਹੀਆਂ ਬੋਤਲਾਂ, ਉੱਥੇ ਪੁਲ ਦੇ ਪਰਲੇ ਪਾਸੇ ਤਾਂ ਮਿਲੇ ਨਹੀਂ, ਇੱਧਰ ਆ ਗਏ ਬੱਸ ਲੈਣ, ਟੈਂਪੂ 'ਚ ਬਹਿ ਕੇ ਆਏ। ਪਾਗਲ ਬਹੁਤ ਬਣਾਉਂਦੀ ਹੈ ਦੁਨੀਆ ਬਾਈ, ਸਾਊ ਬੰਦਿਆਂ ਦਾ, ਜਿਹੜੇ ਸ਼ਰੀਫ ਹੁੰਦੇ ਆ ਨਾ, ਸ਼ਰੀਫ ਬੰਦਿਆਂ ਦਾ ਪਾਗਲ ਬਹੁਤ ਬਣਾਉਂਦੀ ਹੈ ਦੁਨੀਆ। ਹਾਂ, ਅਸੀਂ ਭੋਲੇ ਜਿਹੇ ਲੋਕ, ਸਾਨੂੰ ਲੁੱਟ ਲਿਆ, 90 ਰੁਪਏ 'ਚ ਲੁੱਟ ਲਿਆ ਬੰਦੇ ਨੇ। ਚਲੋ ਦੇਖਦੇ ਹਾਂ ਬੱਸ ਆਉਂਦੀ ਆ ਫਿਰ। ਮੈਲੀ ਗਈ ਤਾਂ ਕਿ ਦੂਜੇ ਦਾ ਆ ਗਏ ਸਿੱਧਾ ਉਡਾਇਆ ਵਾ ਉਹ ਉੱਧਰ।
ਪਰਲੇ ਪਾਸੇ ਦੇ ਨੂੰ ਫੜ ਲਿਆ ਕਰਾ ਪਹਿਲਾਂ ਆਪਣੇ ਨਾਲ ਬੈਠੀ ਸੀਗੀ ਕੁੜੀ ਆਪਾਂ ਤਾਂ ਹਜੇ ਵੀਡੀਓ ਬਣਾਈ ਆਪਾਂ ਦੋਏ ਹੋ ਗਏ ਉੱਧਰ ਸਿੱਲਾ ਸਿੱਲਾ ਜੀ ਸਿੱਲੇ ਨੇ ਪਾਣੀ ਪੀ ਪੀ ਨਾਸ ਮਾਰ ਲਿਆ ਆਪਣਾ ਪਿਆਸ ਪਹੁੰਚ ਗਏ ਪਿਆਸ ਲਾਈਟਾਂ ਲੱਗ ਗਈਆਂ ਸਾਨੂੰ ਪਿਆਸ ਅੰਦਰ ਵਾਲੀਆਂ ਲੱਗੀਆਂ ਬਾਹਰ ਵਾਲੀਆਂ ਨਹੀਂ ਲੱਗੀਆਂ ਚੈਰੀਟੇਬਲ ਹਸਪਤਾਲ ਬਿਆਸ ਅੰਮ੍ਰਿਤਸਰ ਰਹਿ ਗਿਆ 20 ਕਿਲੋਮੀਟਰ ਅਤੇ ਹੁਣ ਜਾ ਕੇ ਤੁਹਾਨੂੰ ਸਿੱਧਾ ਦਰਬਾਰ ਸਾਹਿਬ 'ਚ ਮਿਲਦੇ ਹਾਂ ਆਪਣੇ ਫੋਨ ਦੀ ਬੈਟਰੀ ਵੀ ਘੱਟ ਹੈ ਮੇਰੇ ਵਾਲੀ ਦੀ 20% ਹੈ ਤੁਹਾਨੂੰ ਵਾਲੀ ਦੀ 2% ਨਹੀਂ ਪਤਾ ਕਦ ਡੈੱਡ ਹੋ ਜਾਵੇ ਗੁਰਦੁਆਰਾ ਸਾਹਿਬ ਮਿਲਦੇ ਹਾਂ ਸਾਨੂੰ ਜਾ ਕੇ ਸਿੱਲਾ ਨੀਲਾ ਨੀਲਾ ਚਮਕ ਰਿਹਾ ਕੁੜਤਾ ਵੀ ਨੀਲਾ ਫਿੱਕੀ ਫਿੱਕੀ ਲੱਗ ਰਹੀ ਹੈ ਵੀਰ ਜੀ ਫੋਨ ਚਾਰਜ ਰੱਖਿਆ ਕਰੋ ਮੈਂ ਮੇਰਾ ਵੀ 20% ਰਹਿ ਗਿਆ ਮੇਰੀ ਵੀ ਫਿੱਕੀ ਫਿੱਕੀ ਹੋ ਜਾਏਗੀ 20 ਮਿੰਟ ਬਾਅਦ ਪਹੁੰਚ ਗਏ ਆਪਾਂ ਦਰਬਾਰ ਸਾਹਿਬ ਉਹ ਸਾਹਮਣੇ ਉਹ ਕਿਆ ਕਹਿੰਦੇ ਉਹਨੂੰ ਹੈਰੀਟੇਜ ਹੈਨਾ ਹੈ ਪਾਰਕਿੰਗ ਨਹੀਂ ਹੈਰੀਟੇਜ ਤੁਸੀਂ ਕਿਹਾ ਸਟਰੀਟ ਹਾਂ ਇੱਧਰ ਆ ਪਾਰਕਿੰਗ ਬੰਨ ਲਾ ਪਰਨਾ ਰੁਮਾਲੇ ਬੰਨੇਗਾ ਇੱਥੇ ਤੁਹਾਨੂੰ ਸਾਰੇ ਦੁਕਾਨਾਂ ਦੇ ਨਾਮ ਪੰਜਾਬੀ 'ਚ ਮਿਲਣਗੇ ਪਹਿਲਾਂ ਅੰਗਰੇਜ਼ੀ 'ਚ ਕਰੇ ਵੇ ਦੇ ਫਿਰ ਇਹਨਾਂ ਨੇ ਪੰਜਾਬੀ ਉੱਪਰ ਕਰਤੀ ਅੰਗਰੇਜ਼ੀ ਥੱਲੇ ਵੈਲਡਿੰਗ ਹੋ ਰਹੀ ਉੱਧਰ ਉੱਧਰ ਨਹੀਂ ਦੇਖਣਾ ਉੱਧਰ ਨਹੀਂ ਦੇਖਣਾ ਵੀਰੇ ਵੈਲਡਿੰਗ ਹੋ ਰਹੀ ਉੱਧਰ ਮੱਥਾ ਚੋਬਰ ਸਵੇਰੇ ਟਿੱਕੂਗੇ ਕਹਿੰਦੇ ਪਹਿਲਾਂ ਮੈਕੜੀ ਜਾਣਾ ਮੈਕੜੀ ਮੈਂ ਵੜ ਗਏ ਚਾਰਜਰ ਆ ਚਾਰਜਰ ਹੱਥ 'ਚ ਲਈ ਫਿਰਦਾ ਪੁੱਛਦਾ ਫਿਰਦਾ ਬਾਈ ਲਾ ਲਵਾਂ ਚਾਰਜਰ ਉਹਰੇ ਪਤਾ ਨਹੀਂ ਕਿਆ ਚੱਕਰ ਆ ਕੋਈ ਚਾਰਜਰ ਹੀ ਨਹੀਂ ਲਾਉਂਦਾ ਫੋਨ ਜਾਂ ਤਾਂ ਚੋਰੀ ਚੋਰੀ ਦਾ ਲਿਆ ਕੇ ਲਾ ਦਿੰਦੇ ਉਹਨੇ ਬੰਦੇ ਹਾਂ ਹੈ ਨਾ ਹੋ ਸਕਦਾ ਕੋਈ ਵੀ ਮੰਗਾ ਦੇਰਿਆ ਗੇੜੇ ਹੈ ਗੇੜੇ ਵੀਰ ਜੀ ਪੂਰੇ ਦੇ ਜਾਣਗੇ ਕੰਮ ਕੰਮ ਹੈ ਡੂੰ ਡੂੰ ਹੋ ਰਹੀ ਹੈ ਇਹਦਾ ਨਾਸ਼ਤਾ ਕਰ ਲਓ ਫਿਰ ਲੰਗਰ ਬੈਠ ਕੇ ਹੈ ਨਾ ਨਾਸ਼ਤਾ ਵੀ ਨਹੀਂ ਕਰਿਆ ਹੁਣ ਖਾ ਕੇ ਫਿਰ ਮਿਲਦੇ ਹਾਂ ਸਾਨੂੰ ਕਿਵੇਂ ਜਿਲ੍ਹੇ ਸਵਾਦ ਹੈ ਨਹੀਂ ਸਵਾਦ ਹੈ ਦੱਸ ਦਿਆ ਅਗਲੇ ਨਹੀਂ ਡੋ ਲਿਆਨੇ ਆ ਅਗਲੇ ਦੇ ਮੂਹਰੇ ਸਿੱਲਾ ਲੈਣ ਗਿਆ ਰੁਮਾਲ ਲਿਆ ਮੈਂ ਤਾਂ ਪਰਨਾ ਬੰਨਿਆ ਵਾ ਚੱਲ ਕੋਈ ਨੀ ਤੂੰ ਰੱਖ ਲਿਆ ਹੱਥ ਹੁੱਥ ਪੁੰਜਣੇ ਨੂੰ ਚੱਲੀਏ ਹੁਣ ਅੰਦਰ
ਜਾ ਕੇ ਕਰਾਨੇ ਆ ਦਰਸ਼ਨ ਉਹਨਾਂ ਨੂੰ। ਲਓ ਜੀ ਕਰੋ ਦਰਸ਼ਨ ਦਰਬਾਰ ਸਾਹਿਬ ਦੇ। ਤੂੰ ਤੂੰ ਕਦੇ ਫੋਨ ਕੱਟ ਕੇ ਖੜ ਗਿਆ। चार्जर लभण गया। ਬੰਦਾ ਸਾਡਾ ਮੰਗ ਤੰਗ ਕੇ ਚਾਰਜ ਕਰੇ ਲਿਆ ਫੋਨ 9% ਨਹੀਂ ਇਹਨਾਂ ਦਾ ਉਹੀ ਕਰਤਾ ਦਾ ਕੰਮ ਊਂ ਬੈਟਰੀ ਫੁੱਲ ਕਰੀ ਕਰ ਕਰੀ ਫਿਰਦਾ। ਅੱਛਾ ਜੀ ਇਹਦੇ ਨਾਲ ਤਾਂ ਉਹ ਕੰਮ ਹੋਇਆ ਤਾ ਕਹਿੰਦਾ ਮਸਾ ਮਸਾ ਗੰਜੀ ਨਾਲ ਸਿਰ ਬਣਾਇਆ ਤਾ ਉੱਪਰ ਤੇ ਬਹਿ ਗਏ ਔਲੇ ਮਸਾ ਮਸਾ ਫੋਟੋ ਖਿੱਚਣ ਲੱਗਿਆ ਤਾ ਵਿਚਾਰਾ ਆ ਕੇ ਬਾਬੇ ਨੇ ਰੋਕਦਾ ਕਹਿੰਦਾ ਬੇਰੀ ਤੇ ਇੱਧਰ ਨਹੀਂ ਖਿੱਚਣੀ ਹੈਗੀ। ਬਾਬੇ ਦੀ ਗੱਲ ਵੀ ਠੀਕ ਆ ਉੱਥੇ ਇਸ਼ਨਾਨ ਕਰਦੇ ਆ ਤੇ ਚੱਲੀਏ ਹੁਣ ਹੈਂ ਮੱਥਾ ਸਵੇਰੇ ਟੇਕਣਾ ਕਿ ਹੁਣ ਟੇਕਣਾ। ਚੱਲ ਫਿਰ ਚੱਲ ਫਿਰ ਚੱਲ ਉਹ ਕਰ ਵੀ ਜਿਵੇਂ ਆਉਣਾ ਪ੍ਰੋਗਰਾਮ ਬਣਿਆ ਮੱਥਾ ਟੇਕਣੇ ਦਾ ਸਵੇਰੇ ਅਤੇ ਆਉਣਾ ਹੈ ਆਪਾਂ ਆਈਸਕ੍ਰੀਮ ਖਾਣ ਅਤੇ ਹੋਟਲ 'ਚ ਕਮਰਾ ਲੈ ਲਿਆ ਜਾ ਕੇ ਸੌਂ ਜਾਵਾਂਗੇ ਸਵੇਰੇ ਮੱਥਾ ਟੇਕ ਕੇ ਫਿਰ ਜਾਵਾਂਗੇ। ਛਿੱਲੇ ਓਕੇ ਰਿਪੋਰਟ ਆ। ਚੱਲ ਫਿਰ ਖਾ ਕੇ ਚੱਲਦੇ ਹਾਂ ਹੋਟਲ 'ਚ। ਵੀ ਹੋਟਲ 'ਚ ਜਾਣ ਲੱਗੇ ਤੇ ਆਪਾਂ ਅਤੇ ਬਾਈ ਦਾ ਫੋਨ ਆਇਆ ਜਰਗ ਤੋਂ ਕਹਿੰਦਾ ਬਾਈ ਕਹਿੰਦਾ ਉੱਧਰ ਪੀ ਜੀ ਆਈ ਤਾਂ ਕਹਿੰਦਾ ਮਿਲਿਆ ਨਹੀਂ ਤੂੰ ਕਹਿੰਦਾ ਇੱਥੇ ਅੱਜ ਦਰਬਾਰ ਸਾਹਿਬ ਆਇਆ ਵਾ ਕਹਿੰਦਾ ਮੈਂ ਅਤੇ ਕਹਿੰਦਾ ਮਿਲਣਾ। ਮੈਂ ਕਿਹਾ ਬਾਈ ਇੱਥੇ ਬੈਠੇ ਹਾਂ ਆਪਾਂ ਉਹ ਸਾਹਮਣੇ ਦਰਬਾਰ ਸਾਹਿਬ ਨੂੰ ਰਸਤਾ ਜਾ ਰਿਹਾ ਅਤੇ ਇੱਧਰ ਆਪਣਾ ਹੋਟਲ ਆ ਉਹ ਉੱਥੇ ਅਤੇ ਮੈਂ ਕਿਹਾ ਬਾਈ ਆ ਜਾ ਬਾਹਰ ਹੀ ਬੈਠੇ ਹਾਂ ਅਸੀਂ ਅਤੇ ਬਾਈ ਆਉਂਦਾ ਫਿਰ ਤੁਹਾਨੂੰ ਵੀ ਮਿਲਾਉਂਦੇ ਹਾਂ। ਨਹੀਂ
ਫੋਨ ਤਾਂ ਕਹਿੰਦਾ ਵੀ ਬਾਈ ਦਾ ਹੈ ਨਹੀਂ ਘਰੇ ਮੈਂ ਉਹਦਾ ਨੰਬਰ ਨਹੀਂ ਦੇਣਾ ਮੈਂ ਜੇ ਚੱਕ ਲਿਆ ਤਾਂ ਵੀ ਠੀਕ ਆ ਨਹੀਂ ਫਿਰ ਮੈਂ ਦੱਸ ਦਾ ਲਵਾਂਗਾ ਜੇ ਮਾਰ ਕੇ ਉੱਥੇ ਹੋਰ ਵੀ ਨਾ ਕਰੇ ਹੁਣ ਨਾ ਤੂੰ ਦੱਸ ਦੇ ਰੋ ਗਿਆ ਕਰ टाइम किन्ना हो गया टाइम 11:47 हो गए ते जरगला भाई पहुंच गया अपने कोल ते ब्लॉग का कर दे आप एंड सवेरे जाके मत्था टेकांगे सवेरे दे जिन्ने बजे अख खुल गई उठ के टेक लांगे मत्था 3 बजे तो अपने को उठे नहीं जाना तीन लक्षण है नहीं 12 का बज गए हाँ गल करते रहिए ठीक है तो मिलते हैं तुम अगले ब्लॉग च जब तक रब रखा सत श्री अकाल जिंदाबाद रहो।